ਹਰਪ੍ਰੀਤ ਮੇਰਾ ਵੀਰ ਸੀ। ਹਾਂਜੀ ਹਾਂਜੀ ਵੀਰੇ, ਤੇ ਉਹ ਡਾਲਾ ਸਾਹਿਬ ਵੀ ਜਾਂਦਾ ਸੀ, ਉਹ ਹਰਿਮੰਦਰ ਸਾਹਿਬ ਵੀ ਜਾਂਦਾ, ਸੇਵਾ ਕਰਦਾ ਸੀ। ਪਿੰਡ ਵੀ ਗੁਰਦੁਆਰਾ ਮਿਲਿਆ ਉਹਨੂੰ, ਪਿੰਡ ਵੀ ਮਿਲਿਆ। ਪਿੰਡ 2 ਵਜੇ ਉੱਠ ਕੇ ਤੜਕੇ ਇਸ਼ਨਾਨ ਪਾਣੀ, ਸਿਰ ਪਿੰਡ ਕੇਸੀ ਇਸ਼ਨਾਨ ਕਰਕੇ ਉਹਨੇ ਜਾਣਾ, ਉੱਥੇ ਇਸ਼ਨਾਨ ਕਰਕੇ ਉਹਨੇ ਮਹਾਰਾਜ ਦਾ ਕਰਨਾ, ਪਰ ਮਹਾਰਾਜ ਨੇ ਤਾਂ ਫਲ ਉਹਨੂੰ ਦਿੱਤਾ ਹੀ ਨਹੀਂ। ਉਹ ਨਾ ਜੀ ਮੁੰਡਾ ਹਰਿਮੰਦਰ ਸਾਹਿਬ ਜਾ ਰਿਹਾ ਸੀ ਸੁਬਹਾ, ਕੋਈ 7 ਵਜਣ 'ਚ 5 ਕੁ ਮਿੰਟ ਰਹਿੰਦੇ ਸੀ, ਅਤੇ ਉਸ ਤੋਂ ਬਾਅਦ ਟੂਲ ਪਲਾਜ਼ੇ ਤੋਂ ਥੋੜ੍ਹਾ ਜਿਹਾ ਅੱਗੇ ਆਣ ਕੇ, ਅਤੇ ਕਹਿੰਦੇ ਆ ਕਿ ਤੂੜੀ ਵਾਲੇ ਭੌਂਕ 'ਚ ਵੱਜਿਆ ਆ, ਪੱਕਾ ਸ਼ੋਰ ਨਹੀਂ ਹੈ। ਮਹਾਰਾਜ ਨੇ ਮੈਨੂੰ ਤੇ ਆਪ ਮੈਨੂੰ ਮਹਾਰਾਜ ਦਾ ਵਿਸ਼ਵਾਸ ਵੀਰੇ ਉੱਡ ਗਿਆ ਹੁਣ ਮੈਨੂੰ ਵੀ। ਕੁਆਰਾ ਸੀ ਹਲੇ? ਕੁਆਰਾ ਹੀ ਛੋਟਾ ਸੀ, ਉਹ ਮੁੰਡੇ ਨੂੰ ਛੋਟਾ ਹੋ ਗਿਆ, ਛੋਟਾ ਭਰਾ ਉਸ ਤੋਂ ਬਾਅਦ ਕਾਰਵਾਈ ਜੋ ਪੁਲਿਸ ਕਰੂਗੀ ਆਪਣੀ, ਉਸ ਤੋਂ ਬਾਅਦ ਪਤਾ ਲੱਗੂਗਾ। ਨਾਲ ਲੇਡੀਜ਼ ਵੀ ਕੋਈ? ਹਾਂਜੀ, ਤੇ ਇੱਕ ਲੇਡੀਜ਼ ਸੀ, ਉਹਨਾਂ ਨੇ ਆਪਣਾ ਟੂਲ ਪਲਾਜ਼ੇ ਤੇ ਉਹਨਾਂ ਨੂੰ ਹੱਥ ਦਿੱਤਾ ਕਿ ਮੈਨੂੰ ਵੀ ਲਈ ਜਾਓ, ਤੇ ਉਹਨਾਂ ਨੇ ਉਹਨਾਂ ਨੂੰ ਭਾਲਿਆ ਤੇ ਨਾਲ ਉਹਨਾਂ ਦੀ ਵੀ ਡੈਥ ਹੋ ਗਈ। ਠੀਕ ਹੋ ਗਈ। ਹਾਂਜੀ, ਕਿੰਨੇ ਵਜੇ ਘਟਨਾ ਹੈ? ਇਹ ਕੋਈ 7 ਵਜੇ 5 ਕੁ ਮਿੰਟ ਰਹਿੰਦੇ ਸੀ। ਠੀਕ ਹੈ ਜੀ। ਕੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ, ਪਰਿਵਾਰ ਨੂੰ ਕੀ ਸਾਥ ਦਵਾਇਆ? ਪੁਲਿਸ ਵੱਲੋਂ ਕਾਰਵਾਈ ਕਰ ਰਹੇ ਆ, ਜੋ ਚਮਕੀ ਹੈ ਨਸ਼ਹਿਰਾ ਪਨਵਾ ਉੱਥੇ ਕਾਰਵਾਈ ਚੱਲ ਰਹੀ ਹੈ, ਉਸ ਤੋਂ ਬਾਅਦ ਪਤਾ ਲੱਗੂਗਾ ਅੱਗੇ ਕਿ ਕੀ ਕਾਰਵਾਈ ਕਰ ਰਹੀ ਹੈ। ਹਰਪ੍ਰੀਤ ਮੇਰਾ ਵੀਰ ਸੀ। ਹਾਂਜੀ ਹਾਂਜੀ ਵੀਰੇ, ਤੇ ਉਹ ਡਾਲਾ ਸਾਹਿਬ ਵੀ ਜਾਂਦਾ ਸੀ, ਉਹ ਹਰਿਮੰਦਰ ਸਾਹਿਬ ਵੀ ਜਾਂਦਾ, ਸੇਵਾ ਕਰਦਾ ਸੀ। ਪਿੰਡ ਵੀ ਗੁਰਦੁਆਰਾ ਮਿਲਿਆ ਉਹਨੂੰ, ਪਿੰਡ ਵੀ ਮਿਲਿਆ। ਪਿੰਡ 2 ਵਜੇ ਉੱਠ ਕੇ ਤੜਕੇ ਇਸ਼ਨਾਨ ਪਾਣੀ, ਸਿਰ ਪਿੰਡ ਕੇਸੀ ਇਸ਼ਨਾਨ ਕਰਕੇ ਉਹਨੇ ਜਾਣਾ, ਉੱਥੇ ਇਸ਼ਨਾਨ ਕਰਕੇ ਉਹਨੇ ਮਹਾਰਾਜ ਦਾ ਕਰਨਾ, ਪਰ ਮਹਾਰਾਜ ਨੇ ਤਾਂ ਫਲ ਉਹਨੂੰ ਦਿੱਤਾ ਹੀ ਨਹੀਂ। ਮਹਾਰਾਜ ਨੇ ਮੈਨੂੰ ਤੇ ਆਪ ਮੈਨੂੰ ਮਹਾਰਾਜ ਦਾ ਵਿਸ਼ਵਾਸ ਵੀਰੇ ਉੱਡ ਗਿਆ ਹੁਣ ਮੈਨੂੰ ਵੀ। ਕੁਆਰਾ ਸੀ ਹਲੇ? ਕੁਆਰਾ ਹੀ ਛੋਟਾ ਸੀ, ਉਹ ਮੁੰਡੇ ਨੂੰ ਛੋਟਾ ਹੋ ਗਿਆ, ਛੋਟਾ ਭਰਾ ਸਾਰੀ। ਉਹ ਨਾ ਜੀ ਮੁੰਡਾ ਹਰਿਮੰਦਰ ਸਾਹਿਬ ਜਾ ਰਿਹਾ ਸੀ ਸੁਬਹਾ, ਕੋਈ 7 ਵਜੇ 5 ਕੁ ਮਿੰਟ ਰਹਿੰਦੇ ਸੀ, ਉਸ ਤੋਂ ਬਾਅਦ ਟੂਲ ਪਲਾਜ਼ੇ ਤੋਂ ਥੋੜ੍ਹਾ ਜਿਹਾ ਅੱਗੇ ਆਣ ਕੇ, ਅਤੇ ਕਹਿੰਦੇ ਆ ਕਿ ਤੂੜੀ ਵਾਲੇ ਭੌਂਕ 'ਚ ਵੱਜਿਆ ਆ, ਪੱਕਾ ਸ਼ੋਰ ਨਹੀਂ ਹੈ। ਉਸ ਤੋਂ ਬਾਅਦ ਕਾਰਵਾਈ ਜੋ ਪੁਲਿਸ ਕਰੂਗੀ ਆਪਣੀ, ਉਸ ਤੋਂ ਬਾਅਦ ਪਤਾ ਲੱਗੂਗਾ। ਨਾਲ ਲੇਡੀਜ਼ ਵੀ ਕੋਈ? ਹਾਂਜੀ, ਤੇ ਇੱਕ ਲੇਡੀਜ਼ ਸੀ, ਉਹਨਾਂ ਨੇ ਆਪਣਾ ਟੂਲ ਪਲਾਜ਼ੇ ਤੇ ਉਹਨਾਂ ਨੂੰ ਹੱਥ ਦਿੱਤਾ ਕਿ ਮੈਨੂੰ ਵੀ ਲਈ ਜਾਓ, ਤੇ ਉਹਨਾਂ ਨੇ ਉਹਨਾਂ ਨੂੰ ਭਾਲਿਆ ਤੇ ਨਾਲ ਉਹਨਾਂ ਦੀ ਵੀ ਡੈਥ ਹੋ ਗਈ। ਠੀਕ ਹੋ ਗਈ। ਹਾਂਜੀ, ਕਿੰਨੇ ਵਜੇ ਘਟਨਾ ਹੈ? ਇਹ ਕੋਈ 7 ਵਜੇ 5 ਕੁ ਮਿੰਟ ਰਹਿੰਦੇ ਸੀ। ਠੀਕ ਹੈ ਜੀ।